ਵਿੱਚ ਬੈਠਾ ਨਾ ਮੈਚਾਂ ਦੇ ਆਨੰਦ ਲੈ ਰਿਹਾ ਤੇ ਨਾਲ ਕੁਲਵਿੰਦਰ ਸਿੰਘ ਜੀ ਹੈਪੀ ਆ ਤੇ ਇਧਰ ਆ ਧਾਵੀ ਦਾ ਕਹਿੰਦੇ ਯੌਨੀ ਨਾਮ ਹੈ ਖੇਡ ਮੈਦਾਨ ਦੇ ਵਿੱਚ ਇੱਕ ਕੈਲੀਫੋਰਨੀਆ ਦਾ ਮਸ਼ਹੂਰ ਆ ਲਵੀ ਖੰਨੇ ਵਾਲਿਆ ਉਹ ਵੀ ਪੰਜਾਬ ਦੇ ਕੱਪਾਂ ਤੇ ਪੁੱਜਣ ਜਾ ਰਿਹਾ ਤੇ ਇਧਰ ਪੁਆਇੰਟ ਟਹਿਲ ਦਾਸ ਸੇਖੇ ਦੀ ਟੀਮ ਦੇ ਹਿੱਸੇ ਵਿੱਚ ਜੋੜਦਾ ਹੋਇਆ ਅਗਲੀ ਕਬੱਡੀ ਪਾਉਣ ਦੇ ਲਈ ਜੱਪ ਚਰਗੜੀ ਵਾਲਾ ਕਹਿੰਦੇ ਅਗਲੀ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਮੇਰੇ ਵੀਰੋ ਵਾਧਾ ਹੋਇਆ ਜੱਪ ਜਰਗੜੀ ਵਾਲਾ ਇਸ ਵੇਲੇ ਕਹਿੰਦੇ ਮੈਦਾਨ ਦੇ ਵਿੱਚ ਮੇਰੇ ਵੀਰ ਕਬੱਡੀ ਪਾ ਰਹੇ ਆ ਕੋਟ ਫਤਾ ਤੇ ਮਕੰਦਪੁਰ ਪਹਿਲੇ ਕੁਆਟਰ ਦੀਆਂ ਟੀਮਾਂ ਗਰਾਊਂਡ ਦੇ ਵਿੱਚ ਆਉਣਗੀਆਂ ਕੋਟ ਫਤਾ ਵਰਸਿਜ ਮਕੰਦਪੁਰ ਦਾ ਪਹਿਲਾ ਕੁਆਟਰ ਦਾ ਜਿਹੜਾ ਮੇਰੇ ਵੀਰੋ ਮੁਕਾਬਲਾ ਖੇਡਿਆ ਜਾਵੇਗਾ ਮੈਦਾਨ ਵਿੱਚ ਵੇਖੋ ਕਹਿੰਦੇ ਜੱਪ ਜਰਗੜੀ ਵਾਲਾ ਇਸ ਵੇਲੇ ਪੁਆਇੰਟ ਦੇ ਕੇ ਜਾਂਦਾ ਹੋਇਆ ਸੇਖੇ ਵਾਲ ਦੀ ਕੌਡੀ ਤੇ ਚੀਮਾ ਗੱਲ ਕਰੂ ਇਸੇ ਕੌਡੀ ਦੀ ਇਧਰ ਅਗਲੀ ਕਬੱਡੀ ਪਾਉਣ ਦੇ ਲਈ ਇਸ ਨੌਜਵਾਨ ਦਾ ਨਾਰਾ ਨਾ ਦਰਸ਼ਕ ਵੀਰਿਓ ਇੱਕ ਕੰਨੀ ਤੇ ਕਹਿੰਦੇ ਸਿੱਖ ਸਰਦਾਰ ਖੜਾ ਤੇ ਵਿਚਕਾਰ ਅਲੀਪੁਰ ਖਾਲਸੇ ਦਾ ਧੰਨਾ ਤੇ ਇੱਕ ਕੰਨੀ ਤੇ ਡੀਪੀ ਤੇ ਵਿਚਕਾਰ ਜੈਲੀ ਆ ਅਲੀਪੁਰ ਖਾਲਸੇ ਦੇ ਧੰਨੇ ਦੇ ਨਾਲ ਮੁਕਾਬਲਾ ਹੋ ਚੁੱਕਿਆ ਤੇ ਪੁਆਇੰਟ ਜਿਹੜਾ ਧਾਵੀ ਨੇ ਆਪਣੀ ਟੀਮ ਦੇ ਹਿੱਸੇ ਵਿੱਚ ਜੋੜ ਦਿੱਤਾ ਜਿੰਨੇ ਵੀ ਕਬੱਡੀ ਨੂੰ ਵੇਖਣ ਦੇ ਲਈ ਦਰਸ਼ਕ ਪੁੱਜੇ ਆ ਸਾਰਿਆਂ ਦਾ ਧੰਨਵਾਦ ਆ ਤੇ ਇੱਧਰ ਸਿੱਖ ਸਰਦਾਰ ਇਸ ਵੇਲੇ ਮੰਗੂ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਹੁਣ ਸਾਹਮਣੇ ਚਾਰ ਜਾਫੀ ਆ ਟਹਿਲ ਦਾ ਸੇਖੇ ਦੀ ਖੇਡ ਦੀ ਟੀਮ ਬਣੀ ਜਿਹੜੀ ਹੋਈ ਆ ਤੇ ਸਾਹਮਣੇ ਚਾਰਾਂ ਚੋਂ ਕਿਹੜਾ ਲਾਊ ਜੱਫਾ ਫੜਿਆ ਗੁੜ ਤੇ ਛੜਾਇਆ ਤੇ ਪੁਆਇੰਟ ਜਿਹੜਾ ਧਾਵੀ ਨੇ ਆਪਣੀ ਟੀਮ ਦੇ ਹਿੱਸੇ ਵਿੱਚ ਜੋੜ ਦਿੱਤਾ ਉਧਰ USA ਦੇ ਵਿੱਚ ਬੈਠਾ ਛਪਾਰ ਵਾਲਾ ਗੋਖੀ ਉਹ ਵੀ ਅੱਜ ਦੇ ਕਬੱਡੀ ਕੱਪ ਦਾ ਲਾਈਵ ਵੇਖ ਰਿਹਾ ਤੇ ਐਲਾਨ ਵੀ ਕਰ ਰਿਹਾ ਵੀ ਖੰਨੇ ਵਾਲੇ ਬੱਬੂ ਦਾ $3100 ਅਮੈਰੀਕਨ ਡਾਲਰ ਦੇ ਨਾਲ ਮਾਨ ਸਤਿਕਾਰ ਕੀਤਾ ਜਾਣਾ ਹੈ ਗੋਖੀ ਛਪਾਰ ਵਾਲੇ ਦਾ ਵੀ ਧੰਨਵਾਦ ਆ ਤੇ ਇੱਧਰ ਮਨੀ ਅਗਲੀ ਕਬੱਡੀ ਪਾਉਣ ਦੇ ਲਈ ਫਿਰ ਵਧਿਆ ਹੋਇਆ ਸਾਹਮਣੇ ਜਾਫੀ ਚਾਰ ਆ ਇੱਕ ਸੰਧੂ ਚੱਟੇ ਦਾ ਮਨੀ ਵੀ ਮਸ਼ਹੂਰ ਆ ਤੇ ਚਾਰ ਜਾਫੀ ਜਰਗੜੀ ਦੇ ਜਿੱਥੋਂ ਦਾ ਸ਼ੀਰਾ ਮਸ਼ਹੂਰ ਤੇ ਚਾਰਾਂ ਚੋਂ ਕਿਹੜਾ ਲਾਊ ਹੈ ਟਿਕਾਣੇ ਦਾ ਦੱਸੋ ਇਧਰ ਨੌਜਵਾਨ ਕਹਿੰਦੇ ਭੁਲਿੰਦਰ ਸਿੰਘ ਨਾ ਫੜਿਆ ਗਿੱਟਾ ਛੜਾਇਆ ਗਿੱਟਾ ਫਿਰ ਲੱਕ ਫੜਿਆ ਗਿਆ ਤੇ ਕਬੱਡੀ ਦੇ ਸਕਿੰਟ ਵੀ ਬੀਤਦੇ ਜਾ ਰਹੇ ਆ ਬੱਲੇ 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 ਇੱਕ ਤਾੜੀ ਜ਼ਰੂਰ ਮਾਰ ਦਿਓ ਦਰਸ਼ਕ ਵੀਰਿਓ ਇਧਰ ਮਨੀ ਇਸ ਵੇਲੇ ਪੁਆਇੰਟ ਆ ਜਿਹੜਾ ਆਪਣੀ ਟੀਮ ਦੇ ਹਿੱਸੇ ਵਿੱਚ ਜੋੜਦਾ ਹੋਇਆ ਜੱਪ ਜਰਗੜੀ ਵਾਲਾ ਪਾ ਰਿਹਾ ਕਬੱਡੀ ਤੇ ਮਾਈਕ ਤੇ ਬੱਬੂ ਖੰਨਾ ਗੱਲ ਕਰੂ ਜੱਪ ਜਰਗੜੀ ਵਾਲਾ ਜਰਗੜੀ ਪਿੰਡ ਦੇ ਕਹਿੰਦੇ ਅਨੇਕਾਂ ਸਟਾਰ ਜਿਹੜੇ ਖੇਡ ਕਬੱਡੀ ਦੀ ਝੋਲੀ ਪਾਏ ਹੈ ਮਸ਼ਹੂਰ ਪਿੰਡ ਦੇ ਕਹਿੰਦੇ ਗਿੱਲਾਂ ਦੇ ਜੰਡਾਲੀ ਦੀ ਗੱਲ ਹੈ ਜਰਗੜੀ ਦੀ ਗੱਲ ਹੈ ਕਹਿੰਦੇ ਸਿਓੜੇ ਦੀ ਲਸਾੜੇ ਦੀ ਇਹ ਉਸ ਏਰੀਏ ਦੇ ਕਹਿੰਦੇ ਨਿਜ਼ਾਮਪੁਰ ਵਰਗੇ ਮਸ਼ਹੂਰ ਪਿੰਡ ਦੇ ਕਹਿੰਦੇ ਗਿੱਲਾਂ ਦੇ ਜਰਗੜੀ ਗਿੱਲ ਦੀ ਟੀਮ ਦਾ ਇਹ ਨੌਜਵਾਨ ਕਹਿੰਦੇ ਜੱਪ ਇਸ ਵੇਲੇ ਪੁਆਇੰਟ ਲੈ ਕੇ ਜਾਂਦਾ ਹੋਇਆ ਲੈ ਜੋਨੀ ਪਾ ਰਿਹਾ ਕਬੱਡੀ ਪਿਰਤੇ ਨੇ ਗੱਲ ਕੀਤੀ ਕਹਿੰਦੇ ਕੈਲੀਫੋਰਨੀਆ ਵਾਲੇ ਜੋਨੀ ਦੀ ਉਹ ਵੀ ਕਹਿੰਦੇ ਇਸ ਸੀਜ਼ਨ ਦੇ ਵਿੱਚ ਤੁਹਾਨੂੰ ਪੰਜਾਬ ਦੇ ਕੱਪਾਂ ਤੇ ਕਹਿੰਦੇ ਖੇਡਦਾ ਨਜ਼ਰੀ ਆਵੇਗਾ ਇੱਧਰ ਵੇਖੋ ਕਹਿੰਦੇ ਧੰਨਾ ਅਲੀਪੁਰੀ ਹੈ ਧੰਨਾ ਅਲੀਪੁਰੀਆ ਤੇ ਨੰਬਰ ਕਹਿੰਦੇ ਜੋਨੀ ਆਪਣੀ ਟੀਮ ਦੇ ਹਿੱਸੇ ਜੋੜ ਗਿਆ ਜੋਨੀ ਇਸ ਵੇਲੇ ਕਹਿੰਦੇ ਪੁਆਇੰਟ ਲੈ ਕੇ ਜਾਂਦਾ ਹੋਇਆ ਅਗਲੀ ਰੇਡ ਪਾਉਣ ਦੇ ਲਈ ਮੰਗੂ ਨੌਜਵਾਨ ਸਿੱਖ ਸਰਦਾਰ ਫਿਰ ਖੇਡ ਮੈਦਾਨ ਦੇ ਵਿੱਚ ਤੇ ਜਾਫੀਆਂ ਨੂੰ ਆਖ ਰਿਹਾ ਵੀ ਥੋੜਾ ਸਾਹਮਣੇ ਆਓ ਲੈ ਵੀ ਧੂੜ ਵਾਲਿਆ ਸਟਾਪ ਲਾਈਨ ਇੱਕ ਵਾਰ ਸਾਹਮਣੇ ਹੋਣੀ ਚਾਹੀਦੀ ਆ ਬਾਅਦ ਦੇ ਵਿੱਚ ਖੱਬੇ ਜਾਂ ਸੱਜੇ ਆਪੋ ਆਪਣੇ ਦਾ ਇਹਨਾਂ ਕਬੱਡੀ ਦੇ ਸਟਾਰਾਂ ਦੇ ਹੁਣ ਸਾਹਮਣੇ ਚਾਰ ਜਾਫੀ ਆ ਸੇਖੇ ਵਾਲੇ ਨੇ ਫੜਿਆ ਹੋਇਆ ਗੁੱਟ ਪਰ ਨੌਜਵਾਨ ਨੇ ਛੜਾਇਆ ਗੁੱਟ ਤਰਿਆ ਧੌਣ ਤੇ ਹੱਥ ਉਖੜਦੇ ਪੈਰ ਵੱਜ ਗਈ ਕੈਂਚੀ ਵਾਹ ਓਏ ਜਵਾਨਾ ਤੇ ਪੁਆਇੰਟ ਜਿਹੜਾ ਸਿੰਘ ਨੇ ਆਪਣੀ ਟੀਮ ਦੇ ਹਿੱਸੇ ਵਿੱਚ ਜੋੜ ਦਿੱਤਾ ਨੌਜਵਾਨ ਨੇ ਪੁਆਇੰਟ ਆਪਣੀ ਟੀਮ ਦੇ ਹਿੱਸੇ ਵਿੱਚ ਜੋੜ ਦਿੱਤਾ ਮੈਂ ਵੀ ਚੀਮੇ ਵਾਲਿਆ ਜਿਹੜਾ ਟਾਈਆਂ ਪਈਆਂ ਨੇ ਨਾ ਉਹਦੇ ਵਿੱਚ ਇੱਕ ਮਿਸਟੇਕ ਹੋ ਗਈ ਕਮੇਟੀ ਤੋਂ ਉਹਨਾਂ ਨੇ ਦੋ ਪਰਚੀਆਂ ਉੱਤੇ ਜੇਤੂ ਲਿਖਿਆ ਗਿਆ ਉਹਨਾਂ ਤੋਂ ਆ ਸਾਰੇ ਪਲੇਅਰ ਇੱਥੇ ਖੜੇ ਆ ਇਹ ਕਹਿੰਦੇ ਟਾਈਆਂ ਜਿਹੜੀਆਂ ਦੁਬਾਰਾ ਪਾਓ ਤੇ ਹੁਣ ਦੁਬਾਰਾ ਪੈਣ ਲੱਗੀਆਂ ਨੇ ਟਾਈਆਂ ਠੀਕ ਆ ਜੀ ਜਤਿੰਦਰ ਕਲੇਰੀਆ ਖੜਾ ਕੋਲ ਟਾਈਆਂ ਫੇਰ ਗਲਤ ਪੈ ਗਈਆਂ ਗੱਲ ਜੀ ਬਣੀ ਨਹੀਂ ਇਧਰ ਨੌਜਵਾਨ ਜੱਪ ਜਰਗੜੀ ਵਾਲਾ ਪਾ ਰਿਹਾ ਕਬੱਡੀ ਸਾਹਮਣੇ ਨੌਜਵਾਨ ਸੇਖੇ ਵਾਲੇ ਨੂੰ ਵੱਜਿਆ ਹੋਇਆ ਟੱਚ ਤੇ ਪੁਆਇੰਟ ਆ ਜਿਹੜਾ ਇਹ ਧਾਵੀ ਨੇ ਆਪਣੀ ਟੀਮ ਦੇ ਹਿੱਸੇ ਤੇ ਜੋੜ ਦਿੱਤਾ ਸ਼ਹੀਦ ਊਧਮ ਸਿੰਘ ਸਪੋਰਟਸ ਐਂਡ ਵੈਲਫੇਅਰ ਕਲੱਬ ਧਲੇਰ ਕਲਾਂ ਦਾ ਮੇਲਾ ਤੇ ਇਸ ਵੇਲੇ ਨੌਜਵਾਨ ਧਾਵੀ
जोनी कबड्डी पा रहा ते सामने जाफी चार है लवी धनिया लास्ट सिरे का जफा ते नाल कहिंदे जैली आ ते भुलिंदर ते डिप्पी वर्गे जाफी चार जरगड़ी पिंड कहिंदे गग्गी दा पिंड आ संगारे दा भावे होल पिंड आ ते मशहूर जरगड़ी नूं कीता होया अलीपुर खालसे दा धन्ना भी इंग्लैंड खेडिया फड़िया गुट भज गई कैंची जोरदार जी ते ठंड दा टाइम आ अलीपुर खालसे वाले धन्ने ने जरगड़ी की टीम के हिस्से में जोड़ दिता। मंगू अगली कबड्डी पाउण दे लई फिर मैदान दे विच वधिया होया हुण चार जाफी आ ते चारा चो सेके वाला केड़ा लाऊ है टकाने दा जफा सुखवंत कनेडा विच बैठा आपदे पिंड दे कप दा लाई वेख रहा तोता भी कहिंदे कनेडा दे विच बैठा लाई वेख रहा ते सामने जाफी चार आ टैल दस दी टीम आ ते इधर नौजवान सेके वाला एन ना तकड़ा जिहा जफा पॉइंट अपनी टीम दे हिस्से विच जोड़दा होया वड्डा कट तलेर दा मेला नारे दी कबड्डी इस वेले मैदान दे विच पै चुकी आ ਲੈਵੀ ਚੀਮੇ ਵਾਲਿਆ ਹੁਣੇ ਫੋਨ ਦਾ ਡਾਟਾ ਜਿਹੜਾ ਆਨ ਕੀਤਾ ਤੇ ਫਾਈਨਲ ਧੂੜ ਵਾਲਿਆ ਜੀਪਾਂ ਦੇ ਵੀ ਕਹਿੰਦੇ ਸ਼ੁਰੂ ਹੋਣ ਲੱਗੇ ਆ ਤੇ ਟੀਮਾਂ ਬਹੁਤ ਗਈਆਂ ਉੱਥੇ ਕੋਈ ਹਰਿਆਣੇ ਤੋਂ ਆਈ ਕੋਈ ਕਿਤੋਂ ਆਈ ਫਾਈਨਲ ਦੇ ਵਿੱਚ ਕਹਿੰਦੇ ਉਹ ਟੀਮਾਂ ਪੁੱਜ ਗਈਆਂ ਜਿਨ੍ਹਾਂ ਦਾ ਆਪਸ ਦੇ ਵਿੱਚ ਕਹਿੰਦੇ ਵੱਡਾ ਪਿਆਰ ਹੈ ਕਲਸੀਆਂ ਤੇ ਲਸਾੜਾ ਗਿੱਲ ਕਲਸੀਆਂ ਤੇ ਲਸਾੜੇ ਦਾ ਫਾਈਨਲ ਮੈਚ ਕਹਿੰਦੇ ਪਰ ਜੀਪਾਂ ਦੇ ਵੀ ਸ਼ੁਰੂ ਹੋਣ ਲੱਗਿਆ ਤੇ ਜਾਪਰੀ ਕੌਡੀ ਦੀ ਚੀਮਾ ਗੱਲ ਕਰੋ ਇਧਰ ਜੱਪ ਕਬੱਡੀ ਪਾ ਰਿਹਾ ਤੇ ਮੋਟਰਸਾਈਕਲਾਂ ਦੇ ਫੈਸਲੇ ਆ ਥੋੜੇ ਲੇਟ ਹੋਣੇ ਆ ਤੇ ਇਧਰ ਪੁਆਇੰਟ ਜਿਹੜਾ ਜੱਪ ਜਰਗੜੀ ਵਾਲਾ ਪੁਆਇੰਟ ਆਪਣੀ ਟੀਮ ਦੇ ਹਿੱਸੇ ਵਿੱਚ ਜੋੜਦਾ ਆ ਰਾਏਕੋਟ ਦੇ ਵਿੱਚ ਵੀ ਵੱਡਾ ਮੇਲਾ ਹੋਇਆ ਤੇ ਉਸ ਮੇਲੇ ਦੇ ਉੱਤੇ ਕਹਿੰਦੇ ਨੌਜਵਾਨ ਕਾਲੇ ਸੰਘਿਆਂ ਦਾ ਤਾਜਾ 9-11 ਦੇ ਨਾਲ ਰੂਟਾਵੇਟਰ ਜਿੱਤਿਆ ਇਧਰ ਨੌਜਵਾਨ ਜੋਨੀ ਅਗਲੀ ਕਬੱਡੀ ਪਾਉਣ ਦੇ ਲਈ ਫਿਰ ਵਧਿਆ ਹੋਇਆ ਹੁਣ ਜਾਫੀ ਚਾਰ ਆ ਐਨ ਕਹਿੰਦੇ ਭੁਲਿੰਦਰ ਸਿੰਘ ਦਾ ਲੱਗਦਾ ਹੋਇਆ ਤਕੜਾ ਜਿਹਾ ਜਫਾ ਕੈਂਚੀ ਵੀ ਵੱਜ ਚੁੱਕੀ ਆ ਤੇ ਮੇਰਾ ਖਿਆਲ ਆ ਲੈ ਝਨੇੜੀ ਵਾਲਿਆ ਇਸ ਮੈਚ ਦਾ ਜਿਹੜਾ ਫੈਸਲਾ ਉਹ ਇਸੇ ਪੁਆਇੰਟ ਤੇ ਸੀ ਇਸ ਮੈਚ ਦੇ ਵਿੱਚ ਜੀ ਬੱਬੂ ਖੰਨਾ ਜੀ ਨੋਟ ਕਰਿਓ ਜਰਗੜੀ ਦੀ ਟੀਮ ਆ ਜਿਹੜੀ ਇਸ ਮੈਚ ਦੇ ਵਿੱਚੋਂ ਜੇਤੂ ਰਹੀ ਆ ਅਗਲਾ ਜਰਗੜੀ ਦੀ ਟੀਮ ਹੈ ਨਾ ਜਿਹੜੀ ਉਹ ਕਹਿੰਦੇ ਲੋਹਗੜ੍ਹ ਦੇ ਨਾਲ ਖੇਡੂਗੀ ਤੀਜਾ ਮੈਚ ਪਹਿਲਾ ਮੈਚ ਜਿਹੜਾ ਬਣਿਆ ਮਕੰਦਪੁਰ ਵਰਸਜ ਸੀਹਾਂ ਦੌਲ ਮਕੰਦਪੁਰ ਤੇ ਸੀਹਾਂ ਦੌਲ ਦਾ ਇਹ ਟਾਈਆਂ ਦੁਬਾਰਾ ਪਾਈਆਂ ਨੇ ਪਹਿਲਾਂ ਕੋਈ ਚੱਕਰ ਪੈ ਗਿਆ ਸੀ ਦੂਜਾ ਮੈਚ ਬਣਿਆ ਕੋਟ ਫਤਿਹ ਦਾ ਕੰਗਣਵਾਲ ਦੇ ਨਾਲ ਤੇ ਤੀਜਾ ਮੈਚ ਹੈ ਜਰਗੜੀ ਵਾਲ ਦਾ ਲਾਸਟ ਕਰ ਦਿੰਦੇ ਆਪਾਂ ਤੀਜਾ ਮੈਚ ਹੈ ਕਿਉਂਕਿ ਇੰਗਲਾਂ ਵਰਸੇ ਧੂਰਕੋਟ ਰਣਸੀ ਤੇ ਚੌਥਾ ਮੈਚ ਲੋਹਗੜ੍ਹ ਤੇ ਜਰਗੜੀ ਮਕੰਦਪੁਰ ਵਰਸੇ ਸੀਹਾਂ ਦਾ ਉਹਦਾ ਪਹਿਲਾ ਕੁਆਟਰ ਮੈਚ ਹੈ ਇਹ ਟੀਮਾਂ ਗਰਾਊਂਡ ਵਿੱਚ ਆ ਜਾਣ ਮਕੰਦਪੁਰ ਵਰਸੇ ਸੀਹਾਂ ਦਾ ਉਹ ਪਹਿਲੇ ਕੁਆਟਰ ਫਾਈਨਲ ਦੀਆਂ ਇਹ ਟੀਮਾਂ ਜਿਹੜੀਆਂ ਜਲਦੀ ਗਰਾਊਂਡ ਦੇ ਵਿੱਚ ਆ ਜਾਣਗੀਆਂ ਉਧਰ ਸਾਡਾ ਭਰਾ ਬਾਲੀ ਠੇਕੇਦਾਰ ਜਗਰਾਓਂ ਸ਼ਹਿਰ ਵਾਲਾ ਤੇ ਈਓ ਦਵਿੰਦਰ ਸਿੰਘ ਜੀ ਤੋਰ ਹੋਣੀ ਉਹ ਵੀ ਲਾਈਵ ਜੁੜੇ ਹੋਇਆ ਕਬੱਡੀ 365.com ਦੇ ਨਾਲ ਧਲੇਰ ਦਾ ਮੇਲਾ ਵੇਖ ਰਿਹਾ ਬਾਲੀ ਠੇਕੇਦਾਰ ਆ ਤੇ ਲਾਂਗੜੀਆਂ ਦੇ ਕੱਪ ਤੇ ਵੀ ਪੁੱਜਣਗੇ ਸਾਡੇ ਭਰਾ ਲਵੀ ਖੰਨੇ ਵਾਲਿਆ ਪਹਿਲਾ ਮੈਚ ਕਿਹੜੀਆਂ ਟੀਮਾਂ ਦਾ ਉਹ ਮੈਚ ਦੀਆਂ ਟੀਮਾਂ ਜ਼ਰੂਰ ਬੁਲਾਈ ਮਕੰਦਪੁਰ ਵਰਸੇ ਸੀਹਾਂ ਦਾ ਉਹ ਪਹਿਲੇ ਕੁਆਟਰ ਦੀਆਂ ਇਹ ਦੋਨੋਂ ਟੀਮਾਂ ਗਰਾਊਂਡ ਵਿੱਚ ਆ ਜਾਣ ਮਕੰਦਪੁਰ ਵਰਸੇ ਸੀਹਾਂ ਦਾ ਉਹ ਕਬੱਡੀ 365.com ਦਾ ਕੈਮਰਾਮੈਨ ਪਲੀਜ਼ ਉਹ ਗਰਾਊਂਡ ਦੇ ਵਿੱਚ ਪੁੱਜ ਜਾਵੇ ਹਾਂਜੀ ਸੀਹਾਂ ਦੌਲ ਵਰਸੇ ਮਕੰਦਪੁਰ ਪਹਿਲੇ ਕੁਆਟਰ ਦੀਆਂ ਟੀਮਾਂ ਗਰਾਊਂਡ ਦੇ ਵਿੱਚ ਆਉਣਗੀਆਂ ਬਾਈ ਨੇ ਗੱਲ ਕੀਤੀ ਕਹਿੰਦਾ ਲਸਾੜੇ ਚ ਕੌਣ ਖੇਡਦਾ ਭੈਣੀ ਵਾਲਾ ਨੋਨਾ ਤੇ ਛਿੰਦਾ ਬੋਪਾ ਰਾਵਾਂ ਤੇ ਦੂਜੇ ਪਾਸੇ ਕਲਸੀਆਂ ਦੇ ਵਿੱਚ ਖੇਡਦਾ ਮੰਦਰ ਜੋਧਾਂ ਤੇ ਨੰਨੀ ਗੋਪਾਲਪੁਰ ਮੰਦਰ
ਜੋਧਾਂ ਵਾਲਾ ਉਹ ਦਰਸ਼ਕ ਵੀਰੇ ਉਹ ਕਬੱਡੀ ਦਾ ਸਟਾਰ ਕਹਿੰਦੇ ਪਹਿਲਾਂ ਇੱਕ ਧੂਰ ਕੋਟ ਰਣਸੀ ਦੇ ਵਿੱਚ ਮੇਲਾ ਹੋਇਆ ਉਸ ਨੌਜਵਾਨ ਦਾ ਸਿਰਫ ਇੱਕ ਪੁਆਇੰਟ ਘਟਿਆ ਤੇ ਨਹੀਂ ਲੰਡੀ ਜੀਪ ਆ ਜਿਹੜੀ ਉਹ ਮੰਦਰ ਨੇ ਜਿੱਤਣੀ ਸੀ ਫਿਰ ਉਸ ਤੋਂ ਥੋੜੇ ਦਿਨ ਬਾਅਦ ਜਗਰਾਓ ਦੇ ਵਿੱਚ ਕਬੱਡੀ ਕੱਪ ਹੋਇਆ ਤੇ ਉੱਥੇ ਵੀ ਮੰਦਰ ਦਾ ਇੱਕ ਪੁਆਇੰਟ ਘਟਿਆ ਤੇ ਉੱਥੋਂ ਵੀ ਮੋਟਰਸਾਈਕਲ ਨਹੀਂ ਜਿੱਤਿਆ ਪਰ ਅੱਜ ਫਾਈਨਲ ਦੇ ਵਿੱਚ ਲਸਾੜਾ ਤੇ ਕਲਸੀਆਂ ਦੀਆਂ ਟੀਮਾਂ ਖੇਡ ਰਹੀਆਂ ਥੋੜੇ ਸਮੇਂ ਬਾਅਦ ਪਤਾ ਲੱਗ ਜੂਗੀ ਲੰਡੀ ਜੀਪ ਉਹ ਕਿੱਧਰ ਨੂੰ ਆ ਰਹੀ ਆ ਤੇ ਉਸ ਤੋਂ ਹੋਰ ਥੋੜੇ ਟਾਈਮ ਬਾਅਦ ਧਲੇਰ ਦੇ ਮੋਟਰਸਾਈਕਲਾਂ ਦਾ ਰਿਜ਼ਲਟ ਵੀ ਆ ਜਾਣਾ ਵੀ ਉਹ ਮੋਟਰਸਾਈਕਲ ਆ ਕਿਹੜੇ ਅੱਜ ਪਿੰਡ ਜਾਣਗੇ ਜਾਂ ਧਲੇਰ ਰਹਿੰਦਾ ਅਜੇ ਸਫ਼ਰ ਥੋੜਾ ਲੰਮਾ ਬਿੱਲਾ ਲਾਲਤੋਂ ਵਾਲਾ ਸਾਡਾ ਵੀਰ ਸਾਂਝ ਪਾਊ ਅਗਲੇ ਮੈਚਾਂ ਦੀ ਬਿੱਲਾ ਲਾਲਤੋਂ ਤੇ ਚੀਮਾ ਮੁਕੰਦਪੁਰ ਵਰਸੇ ਸਿਹਾਂ ਦੌਦ ਦੀਆਂ ਟੀਮਾਂ ਦਾ ਪਹਿਲਾ ਮੈਚ ਖੇਡਿਆ ਜਾਣਾ ਕੋਟ ਫੱਤਾ ਤੇ ਕੰਗਣਵਾਲ ਦੀਆਂ ਟੀਮਾਂ ਜਿਹੜੀਆਂ ਦੂਜੇ ਮੈਚ ਦੇ ਲਈ ਪੁੱਜਣਗੀਆਂ ਧੂਰਕੋਟ ਵਰਸੇ ਜੀ ਕੌਂਕੇ ਜਰਗੜੀ ਤੇ ਲੋਹਗੜ੍ਹ ਦੀਆਂ ਟੀਮਾਂ ਇਹ ਜਿਹੜੇ ਕੁਆਟਰ ਫਾਈਨਲ ਦੇ ਮੈਚ ਆ ਸਾਰੀਆਂ ਟੀਮਾਂ ਪੁੱਜਣਗੀਆਂ ਸਿਹਾਂ ਦੌਦ ਦੀ ਟੀਮ ਗਰਾਊਂਡ ਦੇ ਵਿੱਚ ਪੁੱਜ ਚੁੱਕੀ ਆ ਮੁਕੰਦਪੁਰ ਦੀ ਟੀਮ ਉਹ ਵੀ ਗਰਾਊਂਡ ਦੇ ਵਿੱਚ ਪੁੱਜੇ ਮੁਕੰਦਪੁਰ ਪੁੱਜ ਗਈ ਸਿਹਾਂ ਦੌਦ ਦੀ ਟੀਮ ਉਹ ਵੀ ਪੁੱਜ ਗਈ ਬਹੁਤ ਬਹੁਤ ਧੰਨਵਾਦ ਆ ਜਿਹੜੇ ਬਾਕੀ ਖਿਡਾਰੀ ਉਹ ਵੀ ਗਰਾਊਂਡ 'ਚ ਆ ਜਾਣਾ ਪਿੰਡ ਸਿਹਾਂ ਦੌਦ ਦੀ ਟੀਮ ਦੇ ਬਾਕੀ ਖਿਡਾਰੀ ਜਲਦੀ ਤੋਂ ਜਲਦੀ ਗਰਾਊਂਡ 'ਚ ਆ ਜਾਣ ਮੂਵ ਸਪਰੇ ਜਿਹੜੇ ਵੀਰ ਕੋਲੇ ਹੈ ਗਰਾਊਂਡ 'ਚ ਭੇਜ ਦਿੱਤੀ ਜਾਵੇ ਮੂਵ ਸਪਰੇ ਪਿੰਡ ਧਲੇਰ ਦੇ ਗਰਾਊਂਡਾਂ ਦੇ ਵਿੱਚ ਸਿਰੇ ਦੀ ਖੇਡ ਕਬੱਡੀ ਦਾ ਪ੍ਰਦਰਸ਼ਨ ਹੋ ਰਿਹਾ ਹੈ ਵੇਖਾਂਗੇ ਕਿਹੜੇ ਖਿਡਾਰੀ ਜਿਹੜੇ ਵੈਸਟ ਖਿਡਾਰੀ ਡਿਕਲੇਅਰ ਹੁੰਦੇ ਹੈ ਕੌਣ ਵੈਸਟ ਰੇਡਰ ਬਣਦਾ ਤੇ ਕੌਣ ਵੈਸਟ ਜਾਫੀ ਇਹ ਸਮੇਂ ਦੀਆਂ ਗੱਲਾਂ ਹੋਣੀਆਂ ਹੈ ਸਾਡੇ ਨੌ ਵੱਜ ਚੁੱਕੇ ਹੈ ਔਰ ਧਲੇਰ ਦੇ ਗਰਾਊਂਡਾਂ ਦੇ ਵਿੱਚ ਨੈਕਸਟ ਮੁਕਾਬਲਾ ਜਿਹੜਾ ਹੈ ਇਹ ਸ਼ੁਰੂ ਹੋਣ ਲੱਗਿਆ ਹੈ ਇਸ ਤੋਂ ਅਗਲੀਆਂ ਟੀਮਾਂ ਵੀ ਜਿਹੜੀਆਂ ਹੈ ਅਸੀਂ ਅਨਾਊਂਸ ਕਰਨ ਜਾ ਰਹੇ ਹੈ ਉਹ ਵੀ ਟੀਮਾਂ ਜਿਹੜੀਆਂ ਨਜ਼ਦੀਕ ਹੀ ਰਹਿਣ ਕੰਗਣਵਾਲ ਵਰਸਿਜ ਕੋਟ ਫੱਤੇ ਦੀਆਂ ਟੀਮਾਂ ਉਹ ਵੀ ਅਗਲੇ ਮੈਚ ਦੇ ਲਈ ਪੁੱਜਣਗੀਆਂ ਧੂਰਕੋਟ ਵਰਸਿਜ ਕੌਂਕੇ ਜਿਸ ਵੀਰ ਦੇ ਕੋਲ ਮੂਵ ਸਪਰੇ ਆ ਉਸ ਵੀਰ ਨੂੰ ਬੇਨਤੀ ਆ ਗਰਾਊਂਡ ਦੇ ਵਿੱਚ ਪੁੱਜਦੀ ਕਰ ਦੇਵੇ ਕੋਟ ਫੱਤਾ ਵਰਸਿਜ ਕੰਗਣਵਾਲ ਦੀਆਂ ਟੀਮਾਂ ਪੁੱਜਣ ਬੜੀ ਪਿਆਰੀ ਸਾਊਂਡ ਆ ਸਾਡੇ ਭਰਾ ਦੀ ਲਵੀ ਵੀਰ ਜਿੰਨੀ ਵੀ ਆਵਾਜ਼ ਇਸ ਮਾਈਕ ਦੀ ਖੁੱਲਦੀ ਆ ਖੋਲਦੇ ਬਹੁਤ ਬਹੁਤ ਧੰਨਵਾਦ ਆ ਮੁਕੰਦਪੁਰ ਵਰਸੇ ਸਿਹਾਂ ਦੌਦ ਦੀਆਂ ਟੀਮਾਂ ਦੇ ਦਰਮਿਆਨ ਜਿਹੜਾ ਮੈਚ ਉਹ ਸ਼ੁਰੂ ਹੋਣ ਲੱਗਿਆ ਧਲੇਰ ਦਾ ਕਬੱਡੀ ਕੱਪ ਆ ਸ਼ਹੀਦ ਊਧਮ ਸਿੰਘ ਸਪੋਰਟਸ ਐਂਡ ਵੈਲਫੇਅਰ ਕਲੱਬ ਹਰ ਸਾਲ ਦੀ ਤਰ੍ਹਾਂ ਵੱਡਾ ਮੇਲਾ ਕਰਵਾਉਂਦੀ ਆ ਪਿੰਡ ਕੋਟ ਫੱਤਾ ਤੇ ਕੰਗਣਵਾਲ ਵੀਰ ਜੀ ਦੀ ਆਵਾਜ਼ ਖੋਲ ਲਓ ਜਿੰਨੀ ਕੀ ਖੁੱਲ ਸਕਦੀ ਹੈ ਕਿਉਂਕਿ ਇਹਨਾਂ ਸੀਜ਼ਨ ਦਾ ਕੰਮ ਹੈ ਹਰ ਇੱਕ ਮੇਲਾ ਜਿਹੜਾ ਹੈ ਹਰ ਇੱਕ ਤਰੀਕ ਮੇਲਿਆਂ ਦੇ ਨਾਲ ਭਰੀ ਪਈ ਹੈ ਖੇਡ ਕਬੱਡੀ ਦੇ ਵਿੱਚ ਜੇ ਖਿਡਾਰੀ ਟੌਪ ਦੇ ਹੋਣ ਤੇ ਸਾਊਂਡ ਵੀ ਪੂਰੀ ਵਧੀਆ ਹੋਵੇ ਤੇ ਦੁਨੀਆ ਵੀ ਪੁੱਜੀ ਹੋਵੇ ਤੇ ਗੱਲ ਸਵਾਦ ਵਾਲੀ ਹੁੰਦੀ ਹੈ ਸਾਊਂਡ ਦੇ ਸਿਰ ਤੇ ਹੀ ਸਿਰਾ ਜਿਹੜਾ ਮੇਲਾ ਹੁੰਦਾ ਹੈ ਮੂਵ ਸਪਰੇ ਜਿਹੜੇ ਵੀਰ ਕੋਲੇ ਜੀ ਗਰਾਊਂਡ 'ਚ ਭੇਜ ਦਿੱਤੀ ਜਾਵੇ ਮੂਵ ਸਪਰੇ ਕਿਉਂਕਿ ਖਿਡਾਰੀ ਮੰਗ ਕਰਦੇ ਹੈ ਕੋਟ ਫੱਤਾ ਤੇ ਕੰਗਣਵਾਲ ਇਹ ਵੀ ਟੀਮਾਂ ਨਜ਼ਦੀਕ ਹੀ ਆ ਜਾਣ ਕੋਟ ਫੱਤਾ ਤੇ ਕੰਗਣਵਾਲ ਧੂਰਕੋਟ ਦਾ ਮੈਚ ਕੌਂਕਿਆਂ ਦੇ ਨਾਲ ਖੇਡਿਆ ਜਾਣਾ ਹੈ ਜਰਗੜੀ ਤੇ ਲੋਹਗੜ੍ਹ ਇਹ ਟੀਮਾਂ ਆਪੋ ਆਪਣੇ ਮੁਕਾਬਲੇ ਨੋਟ ਕਰ ਲੈਣ ਔਰ ਜੋ ਹੁਣ ਮੁਕਾਬਲਾ ਸ਼ੁਰੂ ਹੋਣਾ ਹੈ ਮੁਕੰਦਪੁਰ ਤੇ ਸਿਹਾਂ ਦੌਦ ਬੇਨਤੀ ਹੈ ਕਬੱਡੀ ਦੇ ਖਿਡਾਰੀ ਵੀਰਾਂ ਦੀ ਵੀ ਪਹਿਲੇ ਰਾਊਂਡ ਦੇ ਵਿੱਚ ਤਾਂ ਟੀਮਾਂ ਟਾਈਮ ਲਾ ਦਿੰਦੀਆਂ ਵੀ ਹੁਣ ਕੁਆਟਰ ਫਾਈਨਲ ਦੇ ਮੈਚ ਆ ਭਰਾਵੋ ਬੇਨਤੀ ਆ ਵੀ ਸਮਾਂ ਬਹੁਤ ਜ਼ਿਆਦਾ ਹੋ ਚੁੱਕਿਆ ਉਹ ਰੈਫਰੀ ਖੜੇ ਆ ਝਨੇੜੀ ਵਾਲੇ ਨੇ ਝਨੇੜੀ ਜਾਣਾ ਕਿੱਡੀ ਦੂਰ ਆ ਜੇ ਸੱਤ ਮੈਚ ਬਾਕੀ ਆ
ਹੁਣ ਕੀ ਕਰੀਏ ਦਿਲ ਵਰਸਿਆ ਆਪਾਂ ਤੇ ਬੋਲਣ ਵਾਲੇ ਆ ਜਿਹੜੇ ਬਾਕੀ ਰਹਿੰਦੇ ਖਿਡਾਰੀ ਆ ਸੀਹਾਂ ਦਾ ਉਹਦੀ ਟੀਮ ਦੇ ਪਲੀਜ਼ ਉਹ ਗਰਾਊਂਡ ਦੇ ਵਿੱਚ ਜਲਦੀ ਦੇ ਨਾਲ ਪਹੁੰਚਣਗੇ ਖਿਡਾਰੀਆਂ ਤੋਂ ਵੀ ਅਸੀਂ ਮਾਫੀ ਚਾਹੁੰਦੇ ਵੀ ਟਾਈਆਂ ਦੁਬਾਰੇ ਕੱਢੀਆਂ ਗਈਆਂ ਹੈ ਪਰ ਵੀਰ ਸਾਡੀ ਵੀ ਬੇਨਤੀ ਤੁਹਾਨੂੰ ਸੁਣਨੀ ਚਾਹੀਦੀ ਹੈ ਕਿਉਂਕਿ ਸੰਗਤਾਂ ਤੁਹਾਡੀ ਖੇਡ ਵੇਖਣ ਲਈ ਬੈਠੀਆਂ ਹੈ ਇਹਨਾਂ ਨੇ ਕੁਝ ਨਹੀਂ ਲੈ ਕੇ ਜਾਣਾ ਦਰਸ਼ਕ ਵੀਰਾਂ ਨੇ ਇਹ ਤੁਹਾਡੀ ਖੇਡ ਵੇਖਣ ਦੇ ਕਰਕੇ ਬੈਠੇ ਹੈ ਬੇਨਤੀ ਹੈ ਸਿਹਾਂ ਦਾ ਉਹਦੀ ਟੀਮ ਦੇ ਬਾਕੀ ਖਿਡਾਰੀ ਜਲਦੀ ਤੋਂ ਜਲਦੀ ਗਰਾਊਂਡ 'ਚ ਆ ਜਾਣ ਕੋਟ ਫੱਤਾ ਤੇ ਕੰਗਣਵਾਲ ਜਲਦੀ ਤੋਂ ਜਲਦੀ ਇਹ ਟੀਮਾਂ ਜਿਹੜੀਆਂ ਨਜ਼ਦੀਕ ਰਹਿਣ ਮੈਚ ਖਤਮ ਹੋਣ ਤੋਂ ਬਾਅਦ ਤੁਰੰਤ ਇਹਨਾਂ ਟੀਮਾਂ ਦੇ ਦਰਮਿਆਨ ਮੁਕਾਬਲਾ ਹੋਣਾ ਹੈ ਕੋਟ ਫੱਤਾ ਤੇ ਕੰਗਣਵਾਲ ਧੂਰਕੋਟ ਤੇ ਕੌਂਕੇ ਜਰਗੜੀ ਤੇ ਲੋਹਗੜ ਝਨੇਰ ਵਾਲਿਆ ਵਿਸਲ ਵੁਸਲ ਮਾਰ ਟੀਮਾਂ ਸੱਦ ਲਾਈਨ ਤੇ ਗਰਾਊਂਡ 'ਚ ਕੰਗਣਵਾਲ ਦੀ ਟੀਮ ਪਲੀਜ਼ ਉਹ ਵੀ ਅਗਲੇ ਮੈਚ ਦੇ ਲਈ ਗਰਾਊਂਡ ਦੇ ਵਿੱਚ ਪੁੱਜ ਜਾਵੇ ਰੈਫਰੀ ਵੀਰ ਵੀ ਜੇ ਇੰਟਰਸਟ ਲੈਣ ਮਨਜੀਤ ਤੁਹਾਡੇ ਲਈ ਅਸੀਂ ਆਵਾਜ਼ਾਂ ਮਾਰਦੇ ਹਾਂ ਤੇ ਤੁਸੀਂ ਵੀ ਆਵਾਜ਼ ਮਾਰ ਲਓ ਖਿਡਾਰੀਆਂ ਨੂੰ ਕਿਹਨੂੰ ਕੱਟ ਦਈਏ ਧੂੜ ਵਾਲਿਆ ਟੀਮਾਂ ਗਰਾਊਂਡ 'ਚ ਇੱਦਾਂ ਕਿੱਦਾਂ ਕੱਟ ਦਈਏ ਟੀਮਾਂ ਗਰਾਊਂਡ 'ਚ ਨੇ ਪੁੱਜੀਆਂ ਹੋਈਆਂ ਹੈ ਮਕੰਦਪੁਰ ਤੇ ਸਿਹਾਂ ਦਾ ਉਹਦਾ ਮੁਕਾਬਲਾ ਸ਼ੁਰੂ ਹੋਣਾ ਹੈ ਧਲੇਰ ਦਾ ਖੇਡ ਗਰਾਊਂਡ ਹੈ 365.com ਦੇ ਜ਼ਰੀਏ ਵਿਦੇਸ਼ਾਂ ਵਿੱਚ ਬੈਠੇ ਵੀਰ ਇਹਨਾਂ ਮੈਚਾਂ ਦਾ ਲਾਈਵ ਦੇਖ ਰਹੇ ਹੈ ਜਿੰਨੇ ਵੀ ਕਬੱਡੀ ਨੂੰ ਚਾਹੁਣ ਵਾਲੇ ਵੀਰ ਭਾਵੇਂ ਉਹ ਵਿਦੇਸ਼ਾਂ ਦੀ ਧਰਤੀ ਹੈ ਤੇ ਭਾਵੇਂ ਪੰਜਾਬ ਦੀ ਧਰਤੀ ਹਰ ਇੱਕ ਵੀਰ ਨੂੰ ਮੁਬਾਰਕਬਾਦ ਭੇਜਦੇ ਹੈ ਪਿੰਡ ਧਲੇਰ ਦੇ ਕਬੱਡੀ ਕੱਪ ਦੀ ਔਰ ਜਲਦੀ ਦੇ ਨਾਲ ਇਹ ਮੁਕਾਬਲੇ ਦਾ ਸਟਾਰਟ ਕਰਾਇਆ ਜਾਵੇ ਮਕੰਦਪੁਰ ਤੇ ਸਿਹਾਂ ਦਾ ਕੰਗਣਵਾਲ ਦੀ ਟੀਮ ਜਿਹੜੀ ਉਹ ਪੁੱਜ ਚੁੱਕੀ ਆ ਕੋਟ ਫੱਤੇ ਦੀ ਟੀਮ ਨੂੰ ਵੇਚਦੀ ਆ ਪਲੀਜ਼ ਉਹ ਟੀਮ ਵੀ ਗਰਾਊਂਡ ਦੇ ਵਿੱਚ ਪੁੱਜ ਜਾਵੇ ਆ ਮੈਚ ਐਨ ਕਹਿੰਦੇ ਸਿਰੇ ਦਾ ਮੈਚ ਹੋਣਾ ਮਕੰਦਪੁਰ ਵਰਸ ਸਿਹਾਂ ਦਾ ਵਧੀਆ ਮੈਚ ਅੱਜ ਦੇ ਧਲੇਰ ਦੇ ਕੱਪ ਦਾ ਲੈ ਵੀ ਧੂੜ ਵਾਲਿਆ ਝਨੇਰ ਵਾਲਿਆ ਕਿੰਨੇ ਪੁਆਇੰਟ ਇਸ ਮੈਚ ਨੂੰ ਸਾਢੇ 14 ਤੇ 15 ਪੁਆਇੰਟ ਜਿਸ ਟੀਮ ਦੇ ਹੋਣਗੇ ਉਹ ਟੀਮ ਇਸ ਮੈਚ ਦੇ ਵਿੱਚੋਂ ਜਿੱਤੋ ਧਾਵੀ ਕਬੱਡੀ ਪਾਉਣ ਨੂੰ ਖੜਾ ਤੇ ਰੈਫਰੀ ਗੱਲਾਂ ਮਾਰ ਰਹੇ ਆ ਮਨੀ ਧੂੜ ਵਾਲੇ ਨੇ ਮੈਨੂੰ ਲੱਗਦਾ ਵੀ ਇੱਧਰ ਕਿਤੇ ਯਾਰ ਬੇਲੀ ਕੋਲੇ ਰਹਿਣਾ ਲੱਗਦਾ ਅੱਜ ਜਿਹੜਾ ਇੰਟਰਸਟ ਨਹੀਂ ਲੈ ਰਿਹਾ ਵੀ ਆਪਾਂ ਜਲਦੀ ਨਿਬੇੜ ਲਈਏ ਮੇਲਾ ਲਾ ਵੇਖੋ ਮੈਦਾਨ ਦੇ ਵਿੱਚ ਅਮਨ ਮਕੰਦਪੁਰੀਏ ਨੇ ਪਹਿਲੀ ਕਬੱਡੀ ਪਾਈ ਹੈ ਅਮਨ ਮਕੰਦਪੁਰ ਵਾਲੇ ਨੇ ਪਹਿਲਾ ਪੁਆਇੰਟ ਆ ਜਿਹੜਾ ਆਪਣੀ ਟੀਮ ਦੇ ਹਿੱਸੇ ਦੇ ਵਿੱਚ ਜੋੜ ਦਿੱਤਾ ਆ ਨੌਜਵਾਨ ਘਲੋਟੀ ਵਾਲਾ ਬਿੱਲੋ ਇਹ ਵੀ ਕਹਿੰਦੇ ਅਨੇਕਾਂ ਮੋਟਰਸਾਈਕਲਾਂ ਦਾ ਜੇਤੂ ਧਾਵੀ ਇਸ ਵੇਲੇ ਰਾੜਾ ਸਾਹਿਬ ਦੀ ਧਰਤੀ ਸੰਤਾਂ ਮਹਾਂਪੁਰਸ਼ਾਂ ਦੀ ਧਰਤੀ ਆ ਤੇ ਉਸਦੇ ਲਾਗੇ ਕਹਿੰਦੇ ਘਲੋਟੀ ਪਿੰਡ ਆ ਮਕੰਦਪੁਰ ਢੋਡੇ ਖੱਟੜਾ ਪੋਟਾ ਬੜੇ ਮਸ਼ਹੂਰ ਪਿੰਡ ਆ ਰਾੜਾ ਸਾਹਿਬ ਏਰੀਏ ਦੇ ਤੇ ਬਿੱਲੂ ਘਲੋਟੀ ਵਾਲਾ ਉਸ ਵਾਹਿਗੁਰੂ ਨੂੰ ਯਾਦ ਕਰ ਰਿਹਾ ਵੀ ਦਾਤਿਆ ਮੈਂ ਕਬੱਡੀ ਪਾਉਣ ਚੱਲਿਆ ਤੇ ਮੇਰੀ ਲਾਜ ਰੱਖੀ ਤੇ ਘਲੋਟੀ ਦਾ ਬਿੱਲੂ ਪਾ ਰਿਹਾ ਕਬੱਡੀ ਹੁਣ ਸਾਹਮਣੇ ਚਾਰ ਜਾਫੀ ਆ ਮਕੰਦਪੁਰ ਦਾ ਦਨਾਲੀ ਆ ਰਾਮਗੜ੍ਹ ਸਰਦਾਰਾਂ ਦਾ ਜੋਤ ਆ ਤੇ ਇੱਧਰ ਖੇਡ ਮੈਦਾਨ ਦੇ ਵਿੱਚ ਧੂੜ ਪਿੰਡ ਦਾ ਮਨੀ ਫੈਸਲਾ ਕਰਦਾ ਵੀ ਇਹ ਪੁਆਇੰਟ ਧਾਵੀ ਆਪਣੀ ਟੀਮ ਦੇ ਹਿੱਸੇ ਵਿੱਚ ਜੋੜਦਾ ਹੋਇਆ ਰਾਜੂ ਭੜੀ ਪਿੰਡ ਵਾਲਾ ਇਸ ਵੇਲੇ ਕਬੱਡੀ ਪਾਉਣ ਆ ਰਿਹਾ ਹੈ ਹਰਵਿੰਦਰ ਤੇ ਗੁਰਵਿੰਦਰ ਦਿੰਦੇ ਰੋਕ ਟਰਾਲੇ ਨੇ ਬਗਿਆਂ ਵਾਲੇ ਮੰਗੀ ਤੇ ਲੋਕੋ ਜੱਫੇ ਨਰਾਲੇ ਨੇ ਅੜੇ ਮੈਚ ਵਿੱਚ ਨੰਗਲ ਅੰਬੀਆਂ ਨੇਰੀ ਠਾਲਦਾ ਏ ਅਮਰ ਖਾਨ ਤੋਂ ਸੋਹਣਾ ਬਾਨਾ ਤਾਲੀ ਵਾਲਦਾ ਏ ਤਾਜਾ ਤੇ ਸੁਲਤਾਨ ਨੇ ਪਰਦੇ ਖੇਡਾਂ ਵਾਂਗ ਉਡਾਰੀ ਖੇਡ ਕਬੱਡੀ ਦਿਲ ਵਿੱਚ ਵਸ ਗਈ ਲੱਗੇ ਜਾਣ ਤੋਂ ਪਿਆਰੀ ਆ ਵੀ ਸਿਹਾਂ ਦਾ ਪਿੰਡ ਵਾਲੇ ਹੈ ਪਾ ਵੀ ਕਬੱਡੀ ਦੇਖਿਆ ਧਰਤੀ ਮਨ ਮੱਥਾ ਹੈ ਅਗਲੀ ਕਬੱਡੀ ਪਾਉਣ ਜਾ ਰਿਹਾ ਹੈ
उधर टिंबरवाल का सीरा कबड्डी का लिखारी वह भी पुजा आया तो राजू की कबड्डी से एन कहते मालविंदर वजिया आया टच से पॉइंट धावी ने अपनी टीम के हिस्से में जोड़ दिता। अमन मकंदपुर वाला संत बाबा मोहन सिंह जी का पिंड है उन्होंने पिंड का धावी पा रहा कबड्डी से जट गढ़ी तरखाणा वाला ट्राई कर रहा ते पॉइंट अमन अपनी टीम के हिस्से में जोड़ता होया। आवी नौजन है पावी कबड्डी सीहां दा पिंड अनेक स्तारां दा पिंड है वादा होया मैदान दे विच बिल्लू घलोटी पिंड वाला टेकिया धरती मन मत्था है कबड्डी विच चर्चे कहिंदे दादर सुधमा दोना हठूर कौके सुरखपुर ते पिंड घलोटी दे खिडारी पैदा हुंदे जिथे कहिंदे चोटी दे खिडारी पैदा हुंदे जिथे कहिंदे चोटी दे इधर साइड एन बिल्लू घलोटी वाला पॉइंट सीहां दा उहदी टीम दे खाते जोड़ गया है। पावी नौजवान है अगली कबड्डी राजू भड़ी वाला है अगली कबड्डी पाउण लई वधिया है इधर राजू कोटला भड़ी वाला इस वेले पा रहा कबड्डी हुण चार जाफी आ लवी टोडे वालिया तेरा गुट फड़ना मशहूर आ पर खेड मैदान दे विच कहिंदे राजू का मुकाबला एन जाफी दे नाल हो चुकिया ते राजू कोटले वाला पॉइंट जिहड़ा अपनी टीम दे हिस्से विच जोड़दा आ ते इधर कहिंदे नौजवान आ सीहां दा दी टीम दी तरफों भी राजू कबड्डी पा रहा एक कन्नी ते चीमे परिवार दा जोत आ एक कन्नी ते अटाला दा सोनू पर राजू इस वेले जोत नूं मार टच पॉइंट अपनी टीम दे हिस्से विच जोड़दा आया। सुखवंत कनेडा वाला ऐलान करदा वी मकंदपुर दे जाफी जिन्ने भी जफे लाउण हर एक जफे ते एक एक सौ रुपए दिते जाने आ ते इधर कबड्डी पाउण दे लई अमन मकंदपुर वाला वधिया आया ते पॉइंट भी अपनी टीम दे हिस्से विच जोड़दा होया। पावी सीहां दा पिंड वाले अगली कबड्डी बिल्लू घलोटी वाला इस वेले सीहां दा दी टीम दे लई अगली कबड्डी पाउण जा रहा है एक आ धरती मन मत्था है ते 30 सकिंटा 30 सकिंटा दे विच इस मुंडे ने हंधे विच वापस आउणा है ते फिर वह पॉइंट उस टीम के हिस्से जुड़ना है। ला बिल्लू घलोटी वाली दी पई हुई कबड्डी और चार जाफी है ते चौहां दे विचों सीहां दे पिंड दा किहड़ा जाफी आ वेखो सामने पॉइंट मेरे वीरो तावी दे खाते पॉइंट सीहां दी टीम दे खाते आ भी मकंदपुरी है पावी कबड्डी एक अमन कुंडी शाह कोटिया एक अमन पत्तड़ एक अमन जावल एक आ वेखो नौजवान अमन मकंदपुरी कबड्डी पा रहा है खिलाड़ियां हुई बाम है वह चल मैं कद ते बज गया टच मेरे वीरो पॉइंट इसलिए ने टीम के खाते जोड़ता है यह भी जो पॉइंट पिंड मकंदपुर की टीम के खाते। अगली कबड्डी पाउण दे लई सीहां दा दी टीम दा राजू वधिया आया जिथों दा कहिंदे नाथ अपने समय दा महान खिडारी रहा ते सुल्तान दे भी चर्चे रहे आ इधर मालविंदर ने फड़िया गिट्टा ते लक भी फड़िया जा चुका कैंची दी ट्राई चल रही आ खेड मैदान दे विच इस वेले पॉइंट आ जिहड़ा ओह मकंदपुर दी टीम दे हिस्से विच जुड़दा होया। अगले मैच दीआं टीमां कंगणवाल वर्सिज कोट फतेह दीआं टीमां पुज्जण ते राजू आ नौजवान कहिंदे इंग्लैंड दीआं खेड ग्राउंडां दे विच वी खेड आया ते सामने जाफी चार आ लावी टोडे वाले आ लास्ट सिरे दा जफा ते दुनिया नूं पता लगे पर पॉइंट राजू अपनी टीम दे हिस्से विच जोड़दा होया। इधर बिल्लू घलोटी वाला की बन जा रहा है बिल्लू घलोटी वाला है टेकिया धरती मन मत्था इस आ रहे है इथे एक तक ही रेंज आनी है इधरली साइड साउंड बाई कहना भी रेंज इधरली साइड है एक तक ही रेंज है पर बाई टूरनामेंटा ते ना माइक लेके चाहे परली साइड चली जाओ बत्ता भी रेंज नहीं टुटती पर वीर इधर अमन मकंदपुर वाला कबड्डी पाउण दे लई वधिया आया हुण चार जाफी आ ते पॉइंट आ जिहड़ा अमन ने अपनी टीम दे हिस्से विच जोड़ दिता। अगली कबड्डी पाउण दे लई किहड़ा नौजवान थोड़ा अंपायर दा फैसला जिहड़ा टल आ कबड्डी खिलाड़ी पावी सिंहां दा दुबारे अगली कबड्डी सिंहां दा पिंड दा राजू है वाधा होया मैदान दे विच अगली कबड्डी पाने लई दुल्ला रेड़ पाया यार धरती ते विछके हाथ पाया गोह रख देना खिसके सिद्ध मन सा कौड़ी पाउंदा है दिमाग नाल
ਝੂੜ ਚੱਕ ਵਾਲਾ ਕਹਿੰਦੇ ਨੰਬਰ ਲੈਂਦਾ ਡਾਂਗ ਨਾਲ ਫੜੇ ਜਿਹੜਾ ਧੌਣ ਉਹਨੂੰ ਦੁਨੀਆ ਨੇ ਆਉਂਦੀ ਸੋਹਰੇ ਵਾਲੀਆਂ ਮੈਦਾਨੀ ਰੰਗ ਮਿਹਨਤ ਲਿਆਉਂਦੀ ਲਾ ਵੇਖੋ ਮੈਦਾਨ ਦੇ ਵਿੱਚ ਮੰਨ ਲਓ ਮਕੰਦਪੁਰ ਹੈ ਜੈਸਾ ਟਾਪ ਦਾ ਲਾ ਗਿਆ ਤੇ ਪੁਆਇੰਟ ਮਕੰਦਪੁਰ ਦੀ ਟੀਮ ਦੇ ਖਾਤੇ ਆ ਵੀ ਭੜੀ ਵਾਲੇ ਹੈ ਪਾ ਵੀ ਕਬੱਡੀ ਰਾਜੂ ਭੜੀ ਵਾਲਾ ਇਧਰ ਰਾਜੂ ਸੀਹਾਂ ਦਾ ਉਹਦੀਆਂ ਕਬੱਡੀ ਪਾ ਰਿਹਾ ਹੈ ਤੇ ਇਧਰ ਭੜੀ ਵਾਲਾ ਰਾਜੂ ਅਗਲੀ ਕਬੱਡੀ ਪਾਉਣ ਲਈ ਵਧਿਆ ਹੈ ਚਾਰ ਜਾਂ ਸੀ ਹੈ ਢੋਡਿਆਂ ਨਾਲ ਸੋਨੀ ਜਾਂ ਤੇ ਨੌਜਵਾਨ ਗੜੀ ਤਰਖਾਣਾ ਪਿੰਡ ਦਾ ਜੱਟ ਇਸ ਵੇਲੇ ਟਰਾਈਕ ਤੇ ਕਰਦਾ ਪਰ ਪੁਆਇੰਟ ਮੇਰੇ ਵੀਰੋ ਤਾਵੀ ਨੇ ਟੀਮ ਦੇ ਖਾਤੇ ਜੋੜਤਾ ਹੈ ਕੋਟ ਸੱਤਾ ਤੇ ਕੰਗਣਵਾਲ ਬਿਲਕੁਲ ਰੈਡੀ ਰਹਿਣੇ ਟੀਮਾਂ ਕੋਟ ਸੱਤਾ ਤੇ ਕੰਗਣਵਾਲ ਅਗਲੀ ਕਬੱਡੀ ਪਾਉਣ ਦੇ ਲਈ ਬਿੱਲੂ ਘਲੋਟੀ ਵਾਲਾ ਖੇਡ ਮੈਦਾਨ ਦੇ ਵਿੱਚ ਵਧ ਆਇਆ ਸੁੱਖ ਭੰਦੇਰ ਦਾ ਪਿੰਡ ਆ ਉਧਰ ਕਹਿੰਦੇ ਦਿੰਦਰ ਜਗਰਾਉਂ ਸ਼ਹਿਰ ਵਾਲਾ ਐਬ ਸਪੋਰਟ ਵਾਲਾ ਉਹ ਵੀ ਇਸ ਮੈਚ ਦਾ ਆਨੰਦ ਲੈ ਰਿਹਾ ਤੇ ਕਬੱਡੀ ਪਾਉਣ ਦੇ ਲਈ ਅਮਨ ਮਕੰਦਪੁਰੀਆ ਖੇਡ ਮੈਦਾਨ ਦੇ ਵਿੱਚ ਵਧਿਆ ਹੋਇਆ ਹੁਣ ਜਾਫੀ ਚਾਰ ਆ ਤੇ ਚਾਰਾਂ ਚੋਂ ਕਿਹੜਾ ਲਾਊ ਸਿਰੇ ਦਾ ਜੱਫਾ ਪੱਟੀ ਗਈ ਖੁੱਚ ਖੇਡ ਮੈਦਾਨ ਦੇ ਵਿੱਚ ਸਮਾਂ ਵੀ ਬੀਤਦਾ ਜਾ ਰਿਹਾ ਲਵੀ ਸੀਆਂ ਦਾਦ ਵਾਲਾ ਜਾਫੀ ਦਾ ਨਾਂ ਦੱਸੀ ਕੀ ਹੈ ਸੋਨੀ ਨੌਜਵਾਨ ਨੇ ਕਹਿੰਦੇ ਐਨ ਲਾ ਤਕੜਾ ਜਿਹਾ ਜੱਫਾ ਪੁਆਇੰਟ ਆ ਆਪਣੀ ਟੀਮ ਦੇ ਹਿੱਸੇ ਵਿੱਚ ਜੋੜ ਦਿੱਤਾ ਅਗਲੀ ਕਬੱਡੀ ਪਾਉਣ ਦੇ ਲਈ ਘਲੋਟੀ ਪਿੰਡ ਵਾਲਾ ਬਿੱਲੂ ਫਿਰ ਖੇਡ ਮੈਦਾਨ ਦੇ ਵਿੱਚ ਅੱਗੇ ਵੱਲ ਨੂੰ ਵੱਧਦਾ ਆਇਆ ਜਿੰਨੇ ਵੀ ਕਬੱਡੀ ਦੇ ਦਰਸ਼ਕ ਵੀਰ ਅੱਜ ਧਲੇਰ ਦੇ ਵਿੱਚ ਕਬੱਡੀ ਦਾ ਆਨੰਦ ਮਾਣਨ ਦੇ ਲਈ ਪੁੱਜੇ ਆ ਸਾਰੀ ਸੰਗਤ ਦਾ ਧੰਨਵਾਦ ਆ ਇੱਕ ਕੰਨੀ ਤੇ ਰਾਮਗੜ੍ਹ ਸਰਦਾਰਾਂ ਦਾ ਜੋਤ ਆ ਅਟਾਲਾਂ ਦਾ ਸੋਨੂ ਆ ਵਿਚਕਾਰ ਦੁਨਾਲੀ ਆ ਤੇ ਨਾਲ ਕਹਿੰਦੇ ਮਾਲਵਿੰਦਰ ਖੜਾ ਸਿਰੇ ਦੀ ਸਟਾਪ ਲਾਈਨ ਤੇ ਧਾਵੀ ਵੀ ਸਿਰੇ ਦਾ ਅਟਾਲਾ ਵਾਲਾ ਸੋਨੂ ਪੱਟੀ ਗਈ ਖੋਚਾ ਪਰ ਧੂੜ ਵਾਲਾ ਮਨੀ ਨਹੀਂ ਮੰਨਦਾ ਵੀ ਇਹ ਪੁਆਇੰਟ ਜਿਹੜਾ ਜਾਫੀ ਨੇ ਆਪਣੀ ਟੀਮ ਦੇ ਪਾਵੀ ਕਬੱਡੀ ਰਾਜੂ ਭੜੀ ਪਿੰਡ ਵਾਲਾ ਚਿੱਟਾ ਕੱਛਾ ਪਾਇਆ ਹੋਇਆ ਹੈ ਉੱਚਾ ਲੰਮਾ ਕੱਦ ਹੈ ਸਿੱਖੀ ਦੇ ਲਿਬਾਸ ਦੇ ਵਿੱਚ ਆਹ ਟੰਗਿਆ ਕੱਛੇ ਨੂੰ ਨੌਜਵਾਨ ਨੇ ਖਿਲਾੜੀਆਂ ਬਾਹਵਾਂ ਤੇ ਚੌਂ ਜਾਫੀਆਂ ਵਿੱਚੋਂ ਮੁਕਾਬਲਾ ਤੁਹਾਡੇ ਸਾਹਮਣੇ ਹੈ ਦੇਖੋ ਪੰਜਾਬੀ ਵੀਰੋ ਜੁੜੇ ਹੋ ਹੱਥ ਖੇਡ ਕਬੱਡੀ ਦੀਆਂ ਗੱਲਾਂ ਭਰਦਾ ਕਲਾਵਾ ਨੌਜਵਾਨ ਵੇਖਦੇ ਵੀ ਪੁਆਇੰਟ ਕਿੱਧਰ ਨੂੰ ਜਾਂਦਾ ਹੈ ਸਿੰਘਾਂ ਦੇ ਜ਼ੋਰ ਦੇ ਵਿੱਚੋਂ ਹੁਣ ਆਡੀ ਚੋਟੀ ਦੇ ਜ਼ੋਰ ਦੇ ਵਿੱਚੋਂ ਉੱਡ ਗਈ ਧੂੜ ਪੁਆਇੰਟ ਮੇਰੇ ਵੀਰੋ ਮਨੀ ਧੂੜ ਵੱਲ ਦਾ ਫੈਸਲਾ ਹੈ ਪੁਆਇੰਟ ਰੇਡਰ ਦੇ ਖਾਤੇ ਪਾਵੀ ਸਿੰਘਾਂ ਦਾ ਤੇ ਪਿੰਡ ਵਾਲਿਆ ਹੈ ਅਗਲੀ ਕਬੱਡੀ ਰੇਡਰ ਭੱਜ ਹੀ ਜਾਂਦੇ ਨੇ ਲੋਕੋ ਫੜੇ ਤੇ ਫੜਾਏ ਹੱਥ ਜਿਹੜੇ ਮਰਜ਼ੀ ਪੱਕੇ ਹੋਣ ਜਾਫੀਆਂ ਦੇ ਪਾਏ ਭਿਰਦੇ ਨੇ ਕਾਕੇ ਤੇ ਪੈਂਦੇ ਨੇ ਪਟਾਕੇ ਚੌੜੀਆਂ ਹਿੱਕਾਂ ਤੇ ਵੱਡੇ ਵੱਡੇ ਪੱਟਾਂ ਵਾਲਿਆਂ ਦੀ ਹੁੰਦੀ ਹੈ ਖਾਬਾਜੀ ਮੌਕੇ ਵਾਲੇ ਦੀ ਬੱਲੇ ਬੱਲੇ ਲੋਕੋ ਕਬੱਡੀ ਖੇਡ ਹੈ ਤਿਲਕਣਬਾਜੀ ਕਿ ਮੌਕੇ ਵਾਲੇ ਦੀ ਬੱਲੇ ਬੱਲੇ ਲੋਕੋ ਕਬੱਡੀ ਖੇਡ ਹੈ ਤਿਲਕਣਬਾਜੀ ਕੋਟ ਸੱਤਾ ਤੇ ਕੰਗਣਵਾਲ ਸੈਂਟਰ ਲਾਈਨ ਤੇ ਆ ਜਾਣ ਦੋਹੇ ਟੀਮਾਂ ਹੈ ਔਰ ਇਸ ਚੱਲਦੇ ਮੈਚ ਦੇ ਵਿੱਚੋਂ ਲੈਵੀ ਚੀਮਿਆਂ ਵਾਲਿਆ ਹੈ ਅੰਕ ਜ਼ਰੂਰ ਅਨਾਊਂਸ ਕਰਦੀ ਵੀਰ ਪੇਤਾ ਸ਼ੇਰਗੜ੍ਹ ਚੀਮੇ ਵਾਲਾ ਸਾਡਾ ਵੀਰ ਇਸ ਚੱਲਦੇ ਮੈਚ ਦਾ ਜਿਹੜਾ ਹੈ ਰਿਜ਼ਲਟ ਅਨਾਊਂਸ ਕਰੇਗਾ ਇਸ ਮੈਚ ਦੇ ਵਿੱਚ ਹੀ ਮਕੰਦਪੁਰ ਦੀ ਟੀਮ ਦੇ ਜਿਹੜੇ ਪੁਆਇੰਟ ਆ ਉਹ 15.5 ਤੇ ਸੀਹਾਂ ਦਾ ਦੀ ਟੀਮ ਦੇ 8 ਪੁਆਇੰਟ ਰਿਹਾ ਮਕੰਦਪੁਰ ਦੀ ਟੀਮ ਇਸ ਮੈਚ ਦੇ ਵਿੱਚ ਜੇਤੂ ਰਹੀ ਹੈ ਸੁਖਵੰਤ ਸਾਡਾ ਭਰਾ ਕੈਨੇਡਾ ਵਾਲਾ ਉਹਦੇ ਸੱਦੇ ਤੇ ਵੀ ਅੱਜ ਕਬੱਡੀ ਦੇ ਸਟਾਰ ਪੁੱਜਿਆ ਤੋਤੇ ਉਹਨਾਂ ਦਾ ਧੰਨਵਾਦ ਆ ਤੇ ਇਧਰ ਮਾਈਕ ਜਿਹੜਾ ਸ਼ੁਰੂ ਹੋਣ ਲੱਗਿਆ ਕੰਗਣਵਾਲ ਵਰਸਿਸ ਕੋਟ ਫਤੇ ਦੀਆਂ ਟੀਮਾਂ ਦੇ ਦਰਮਿਆਨ ਦੋਨੋਂ ਇਕੱਠੇ ਕਰ ਲੈਂਦੇ ਹਾਂ ਕੋਟ ਸੱਤਾ ਤੇ ਕੰਗਣਵਾਲ ਕੋਟ ਸੱਤਾ ਤੇ ਕੰਗਣਵਾਲ ਬਾਈ ਇੱਕ ਮਾਈਕ ਲੈ ਜੀ ਮੈਚ ਘੱਟ ਰਹਿ ਗਿਆ ਇੱਕ ਇੱਕ ਦੋ ਮੈਚ ਜਿਹੜੇ ਹੈ ਏਦਾਂ ਹੀ ਜਿਹੜਾ ਹੈ ਇਸ ਗਰਾਊਂਡ ਦੀ ਗੱਲਬਾਤ ਕਰਾਂਗੇ ਕੋਟ ਸੱਤਾ ਤੇ ਕੰਗਣਵਾਲ ਕੋਟ ਸੱਤਾ ਤੇ ਕੰਗਣਵਾਲ ਦਾ ਮੁਕਾਬਲਾ ਸ਼ੁਰੂ ਹੋਣ ਜਾ ਰਿਹਾ ਹੈ ਉਧਰ ਕਹਿੰਦੇ ਸਰਹੰਦ ਦੇ ਲਾਗੇ ਲੈਂਡਰਾਂ ਦੇ ਵਿੱਚ ਉਹਨਾਂ
ਜੌਂਟੀ ਕਰਸੀਆਂ ਵਾਲਾ ਤੇ ਇੰਦਰਜੀਤ ਕਰਸੀਆਂ ਵਾਲਾ ਸਾਂਝੇ ਤੌਰ ਤੇ ਜਿਹੜੇ ਬੈਸਟ ਜਾਫੀ ਲਾਨੇ ਗਏ ਹੈ ਲੰਡੀ ਜੀਪ ਦੇ ਜੇਤੂ ਬਣੇ ਹੈ ਤੇ ਜੋਧਾ ਵਾਲੇ ਮੰਦਰ ਨੇ ਵੀ ਲੰਡੀ ਜੀਪ ਜਿੱਤੀ ਹੈ। ਇਹ ਲਾਂਡਰਾਂ ਦੇ ਕਬੱਡੀ ਕੱਪ ਦਾ ਜਿਹੜਾ ਮੇਰੇ ਵੀਰੋ ਐਲਾਨ ਕੀਤਾ ਗਿਆ ਹੈ ਪਿੰਡ ਧਲੇਰ ਦੇ ਵਿੱਚੋਂ ਵੇਖਾਂਗੇ ਕਾਹਨ ਵੈਸਟ ਰੇਟਰ ਬਣਦਾ ਹੈ ਤੇ ਕਾਹਨ ਵੈਸਟ ਜਾਫੀ ਬਣਦਾ ਹੈ। ਕੰਗਣਵਾਲ ਤੇ ਕੋਟ ਫਤਿਹ ਦਾ ਮੁਕਾਬਲਾ ਸ਼ੁਰੂ ਹੋਣ ਲੱਗਿਆ ਹੈ। ਧੂਰਕੋਟ ਤੇ ਕਾਂਕਿਆਂ ਦੀਆਂ ਟੀਮਾਂ ਵੀ ਜਿਹੜੀਆਂ ਹੈ ਨਜ਼ਦੀਕ ਆ ਜਾਣ। ਧੂਰਕੋਟ ਤੇ ਕਾਂਕੇ ਜਰਗੜੀ ਦਾ ਮੈਚ ਲੋਹਗੜ੍ਹ ਦੇ ਨਾਲ ਖੇਡਿਆ ਜਾਣਾ ਹੈ। ਇਸ ਤੋਂ ਨੈਕਸਟ ਮੈਚ ਹੈ, ਟੀਮਾਂ ਨੋਟ ਕਰ ਲੈਣ, ਧੂਰਕੋਟ ਤੇ ਕਾਂਕੇ, ਜਰਗੜੀ ਤੇ ਲੋਹਗੜ੍ਹ। ਕੰਗਣਵਾਲ ਤੇ ਕੋਟ ਫਤਿਹ ਦਾ ਮੁਕਾਬਲਾ ਸ਼ੁਰੂ ਹੋਇਆ ਹੈ ਪਹਿਲੀ ਕਬੱਡੀ ਕੰਗਣਵਾਲ ਦੀ ਟੀਮ ਲਈ। ਇਹ ਹੈ ਚੈਨਾ ਰੋਡੀ ਵਾਲੀ ਹੈ ਜਿਹਨੇ ਪਹਿਲੀ ਕਬੱਡੀ ਪਾਈ ਹੈ ਤੇ ਇਸ ਵੇਲੇ ਪੁਆਇੰਟ ਦਾ ਫੈਸਲਾ ਮੇਰੇ ਵੀਰੋ ਜਿਹੜਾ ਪਹਿਲਾ ਪੁਆਇੰਟ ਹੈ ਕੰਗਣਵਾਲ ਦੀ ਟੀਮ ਦੇ ਖਾਤੇ। ਆ ਵੀ ਨੌਜਵਾਨ ਹੈ ਪਾਵੀ ਕਬੱਡੀ, ਕੋਟ ਫਤਿਹ ਦੀ ਟੀਮ ਵੱਲੋਂ ਟੇਕਿਆ ਧਰਤੀ ਮਾਂ ਨੂੰ ਮੱਥਾ ਹੈ। ਅਗਲੀ ਕਬੱਡੀ ਪਾਉਣ ਜਾ ਰਿਹਾ ਹੈ, ਗੋਲ ਜਿਹਾ ਦਾਇਰਾ ਵਿੱਚ ਹਨ ਜਦੋਂ ਇਸਦੇ ਚੜ ਜਾਂਦਾ ਚਾਲਨ ਖਿਡਾਰੀ ਵਿੱਚ ਦਿਸਦੇ ਸੜਕੇ ਮਾਂ ਜਾਵਾਂ ਜਿਵੇਂ ਕਾੜੇ ਦੀ ਕੱਢੀ। ਖੇਡਣੀ ਕਬੱਡੀ ਲੋਕੋ ਖੇਡਣੀ ਕਬੱਡੀ ਕਿ ਖੇਡਣੀ ਕਬੱਡੀ ਲੋਕੋ ਖੇਡਣੀ ਕਬੱਡੀ। ਕਈਆਂ ਨੇ ਖੇਡਣੀ ਹੈ ਤੇ ਕਈਆਂ ਨੇ ਖੇਡ ਕੇ ਛੱਡ ਦਿੱਤੀ ਹੈ। ਲਾ ਵੇਖੋ ਮੈਦਾਨ ਦੇ ਵਿੱਚ ਇਧਰ ਕੰਗਣ ਵਾਲੀ ਹੈ ਅਗਲੀ ਕਬੱਡੀ ਪਾਉਣ ਲਈ ਵਧਿਆ ਹੈ। ਕਾਣ ਜੱਫਾ ਲਾਉਂਦਾ ਹੈ ਤੇ ਕਾਣ ਇੱਕ ਜੋੜ ਜਿਹੜਾ ਬਤਾਪ ਪਾਲ ਇਹ ਪੁਆਇੰਟ ਆਪਣੀ ਟੀਮ ਦੇ ਖਾਤੇ ਜੋੜਦਾ ਹੈ। ਇਧਰ ਫਿਰ ਜੋ ਪੁਆਇੰਟ ਮੇਰੇ ਵੀਰੋ ਕੰਗਣ ਵਾਲੀ ਟੀਮ ਦੇ ਖਾਤੇ। ਆ ਵੀ ਕੋਟ ਫਤਿਹ ਵਾਲੇ ਹੈ ਪਾਵੀ ਕਬੱਡੀ। ਇਹੋ ਜਿਹੇ ਸਰੀਰ ਦੇ ਵਿੱਚ ਮੰਗੂ ਵੀ ਪੁੱਜਿਆ ਹੋਇਆ ਬੜਵਾਲੀ ਵਾਲਾ ਤੇ ਉਹ ਵੀ ਸਿਰੇ ਦੀਆਂ ਕਬੱਡੀਆਂ ਪਾ ਰਿਹਾ ਹੈ। ਆਹ ਵੱਜਦਾ ਹੋਇਆ ਲੱਕ ਨੂੰ ਲਪੇਟਾ ਤੇ ਪੁਆਇੰਟ ਮੇਰੇ ਵੀਰੋ ਕੰਗਣਵਾਲ ਦੀ ਟੀਮ ਦੇ ਖਾਤੇ। ਪਾਵੀ ਚੈਨੇ ਹੈ ਅਗਲੀ ਕਬੱਡੀ, ਇੱਕ ਚੈਨਾ ਰੋਡੀ ਵਾਲੀ ਧਰਤੀ ਦਾ ਇਹ ਨੌਜਵਾਨ ਹੈ, ਇੱਕ ਸਿੱਧਵਾਂ ਵਾਲਾ ਚੈਨਾ ਹੈ ਜਿਹਨੇ ਖੇਡ ਕਬੱਡੀ ਦੇ ਹੀਰੇ ਤਰਾਸ਼ੇ ਹੈ। ਤਲਵਾਰ ਐਂਡ ਹਰਜੀਤ ਐਂਡ ਤਲਵਾਰ ਕਬੱਡੀ ਕਲੱਬ ਜਗਰਾਉਣ ਦੇ ਲਈ ਸਿੱਧਵਾਂ ਦੇ ਚੈਨੇ ਦੀ ਵੱਡੀ ਦੇਣ ਹੈ। ਲਾ ਵੇਖੋ ਮੈਦਾਨ ਦੇ ਵਿੱਚ ਰੋਡੀ ਵਾਲੀ ਹੈ ਚੈਨਾ, ਪੁਆਇੰਟ ਕੰਗਣਵਾਲ ਦੀ ਟੀਮ ਦੇ ਖਾਤੇ ਜੋੜ ਗਿਆ ਹੈ। ਆ ਵੀ ਨੌਜਵਾਨ ਹੈ ਪਾਵੀ ਕਬੱਡੀ, ਕੋਟ ਫਤਿਹ ਦੀ ਟੀਮ ਵੱਲੋਂ ਅਗਲੀ ਕਬੱਡੀ ਪਈ ਹੈ। ਧਲੇਰ ਦੇ ਮੈਦਾਨਾਂ ਦੇ ਵਿੱਚ ਐਨ ਦੇਰ ਰਾਤ ਤੱਕ ਮੁਕਾਬਲੇ ਹੋ ਰਹੇ ਹੈ, 10 ਵੱਜਣ ਵਾਲੇ ਹੈ ਤੇ ਮੈਦਾਨ ਦੇ ਵਿੱਚ ਕੰਗਣਵਾਲ ਦੀ ਟੀਮ ਵੱਲੋਂ ਨੌਜਵਾਨ ਬੈਸ ਪਿੰਡ ਤੇ ਬੱਬੂ ਨਾਮ ਹੈ ਐਨ ਜੱਫਾ ਲਾਉਣ ਦੀ ਟਰਾਈ ਕਰ ਰਿਹਾ ਹੈ ਔਰ ਵੱਜਿਆ ਹੋਇਆ ਲੱਕ ਨੂੰ ਲਪੇਟਾ। ਆ ਵੀ ਜੋ ਪੁਆਇੰਟ ਕੋਟ ਫਤਿਹ ਦੀ ਟੀਮ ਦੇ ਖਾਤੇ। ਪਾਵੀ ਕੰਗਣ ਵਾਲੀ ਹੈ ਅਗਲੀ ਕਬੱਡੀ, ਟੇਕਿਆ ਧਰਤੀ ਮਾਂ ਨੂੰ ਮੱਥਾ ਇਸ ਨੌਜਵਾਨ ਨੇ ਕੰਗਣ ਵਾਲੀ ਟੀਮ ਦੇ ਵੱਲੋਂ ਅਗਲੀ ਕਬੱਡੀ ਪਾਉਣ ਜਾ ਰਿਹਾ ਹੈ। ਧੂਰਕੋਟ ਤੇ ਕਾਂਕੇ ਬਿਨਾਂ ਕਿਸੇ ਦੇਰ ਦੇ ਟੀਮਾਂ ਜਿਹੜੀਆਂ ਗਰਾਊਂਡ 'ਚ ਪੁੱਜਾ ਨਾ, ਧੂਰਕੋਟ ਤੇ ਕਾਂਕੇ ਇਧਰ ਫਿਰ ਪਈ ਹੋਈ ਕਬੱਡੀ, ਪੱਟੀ ਖੁੱਚ ਤੇ ਵੱਜ ਗਈ ਕੈਂਚੀ ਮੇਰੇ ਵੀਰੋ। ਇਹ ਵੀ ਜੋ ਪੁਆਇੰਟ ਹੈ ਕੁਝ ਕੁ ਸਮਾਂ ਬੀਤਣ ਵਾਲਾ ਤੇ ਕੁਝ ਕੁ ਸਮੇਂ ਦੇ ਫੈਸਲੇ ਵੀ ਪੁਆਇੰਟ ਕੰਗਣਵਾਲ ਦੀ ਟੀਮ ਦੇ ਖਾਤੇ। ਐਨ ਸਿਰੇ ਦੀਆਂ ਟੀਮਾਂ ਪੁੱਜੀਆਂ ਧਲੇਰ ਦੇ ਗਰਾਊਂਡਾਂ ਦੇ ਵਿੱਚ।